ਖਬਰ ਲੈਂਦੇ ਆ ਤਰਨ ਤਾਰਨ ਦੇ ਪਿੰਡ ਸਖੀਰਾ ਤੋਂ, ਜਿੱਥੇ ਇੱਕ ਦਲਿਤ ਪਰਿਵਾਰ ਵੱਲੋਂ ਆਪਣੇ ਗਵਾਂਢੀਆਂ ਤੇ ਪੁਲਿਸ ਦੀ ਸਹਾਇਤਾ ਨਾਲ ਰਾਜਨੀਤਿਕ ਦਬਾਅ ਦੇ ਚਲਦੇ ਉਹਨਾਂ ਦੇ ਘਰ ਤੇ ਜ਼ਬਰਦਸਤੀ ਕਬਜ਼ਾ ਕਰਨ ਦੇ ਆਰੋਪ ਲਗਾਏ ਗਏ ਨੇ। ਪੀੜਤ ਅਵਤਾਰ ਸਿੰਘ ਤੇ ਉਸਦੀ ਪਤਨੀ ਨੇ ਦੱਸਿਆ ਕਿ ਪਿੰਡ ਦੇ ਇੱਕ ਵਿਅਕਤੀ ਸਾਦਾ ਸਿੰਘ ਤੋਂ ਉਹਨਾਂ ਨੇ ਇਹ ਘਰ ਖਰੀਦਿਆ ਸੀ, ਜਿਸ ਵਿੱਚ ਉਹ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਨੇ, ਪਰ ਰਾਜਨੀਤਿਕ ਦਬਾਅ ਦੇ ਚਲਦਿਆਂ ਗਵਾਂਢੀ ਕਰਤਾਰ ਸਿੰਘ ਨੇ ਪੁਲਿਸ ਦੀ ਸਹਾਇਤਾ ਦੇ ਨਾਲ ਉਹਨਾਂ ਦੇ ਘਰ ਤੇ ਗੁੰਡਾਗਰਦੀ ਕਰਦੇ ਹੋਏ ਉਹਨਾਂ ਦੇ ਘਰ ਦਾ ਸਾਰਾ ਸਮਾਨ ਬਾਹਰ ਸੁੱਟ ਕੇ ਕਬਜ਼ਾ ਕਰ ਲਿਆ। ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਆਰੋਪ ਲਗਾਇਆ ਹੈ ਕਿ ਗਵਾਂਢੀਆਂ ਨੇ ਪੁਲਿਸ ਦੀ ਸਹਾਇਤਾ ਨਾਲ ਉਹਨਾਂ ਦੇ ਨਾਲ ਧੱਕਾਸ਼ਾਹੀ ਕੀਤੀ ਹੈ। ਉੱਥੇ ਹੀ ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਬਾਪੂ ਸਾਦਾ ਸਿੰਘ ਦੇ ਨਾਂ ਤੋਂ ਇਹ ਥਾਂ ਲਿਆ ਵਾ, 285,000 ਦਾ ਥਾਂ ਲਿਆ ਹੈਗਾ। ਇਹਨਾਂ 285,000 ਦਾ ਜੋ ਥਾਂ ਲਿਆ ਵਾ ਤੇ ਉਦੋਂ ਅਸਾਂ ਕਹਿੰਦੇ ਵੀ ਇਹਨਾਂ ਥਾਂ ਅਸੀਂ ਕੇਸ ਲਾਇਆ ਹੋਇਆ ਵਾ ਤੇ ਕੋਈ ਕੇਸ ਨਹੀਂ ਆ, ਕੋਈ ਕੁੱਖ ਨਹੀਂ ਮਿਲਿਆ ਉੱਥੋਂ। ਅਤੇ ਇਹਨਾਂ ਜਾ ਕੇ ਤੇ ਇੱਕ ਵਾਰ ਪਹਿਲਾਂ ਪੁਲਿਸ ਨੂੰ ਜਾ ਕੇ ਪਤਾ ਨਹੀਂ ਦਰਖਾਸਤ ਪੈਸੇ ਦਿੱਤੇ ਆ ਕੇ ਜਾਂ ਉਹਨਾਂ ਦਾਰੂ ਪਿਆਈ ਆ, ਉਹਨਾਂ ਆ ਕੇ ਤਾਂ ਸਾਨੂੰ ਧੱਕੇ ਮੁੱਕੀ ਰਾਤ ਕੀਤਾ, ਬਹੁਤ ਜ਼ਿਆਦਾ ਕੀਤਾ, ਬੁਰੇ ਹਾਲ ਕੀਤੇ ਇਹਨਾਂ ਦੇ। ਜਨਾਨੀਆਂ ਸਾਰੀਆਂ ਘਰੇ ਸੀਗੀਆਂ, ਇੱਕ ਮਾਤਾ ਬਜ਼ੁਰਗ ਹੀ ਸਾਡੇ, ਉਹ ਛੋਟੇ ਪਰਿਵਾਰ ਸੀਗਾ, ਇਹਨਾਂ ਚਪੇੜਾ ਮਾਰ ਮਾਰ ਕੇ ਕੱਢਿਆ ਇਹਨਾਂ। ਕਿਹੜੇ ਬੰਦੇ ਸੀ, ਕੌਣ ਕੌਣ? ਪੁਲਿਸ ਵਾਲੇ ਆ ਜੀ, ਅਤੇ ਨਾਲੇ ਇੱਕ ਸੁਖਦੇਵ ਸਿੰਘ ਆ ਅਤੇ ਕੁਲਵੰਤ ਸਿੰਘ ਆ, ਉਹਦੇ ਤਾਂ ਦੋ ਮੁੰਡੇ ਹੈਗੇ। ਅਤੇ ਤੁਹਾਡੀ ਜਗ੍ਹਾ 'ਤੇ ਕਬਜ਼ਾ ਕਰ ਲਿਆ ਗਿਆ ਹੁਣ? ਹਾਂਜੀ, ਕਬਜ਼ਾ ਕਰ ਲਿਆ ਗਿਆ, ਸਮਾਨ ਸਾਡਾ ਬਾਹਰ ਪਿਆ ਵਾਗਾ। ਤਾਲਾ ਕਿਹਨੇ ਲਾਇਆ ਤੁਹਾਡੀ ਜਗ੍ਹਾ 'ਤੇ? ਪੁਲਿਸ ਵਾਲਿਆਂ ਨੇ ਲਾਇਆ ਗਿਆ ਜੀ। ਕਿੰਨੇ ਵਜੇ ਦੀ ਘਟਨਾ ਹੈ? ਇਹ 6:30 ਵਜੇ ਦੀ ਲੱਗੀ ਜੀ। ਕੌਰ ਪਿੰਡ ਸਖੀਰਾਂ ਦੀ ਰਹਿਣ ਵਾਲੀ ਹਾਂ। ਮੇਰੇ ਘਰ ਦੇ ਕਬਜ਼ਾ ਕਰ ਲਿਆ ਹੈ, ਮੇਰੇ ਬੀਵੀ ਬੱਚਿਆਂ ਨੇ ਮੈਨੂੰ ਕੱਢਿਆ ਘਰ ਬਾਹਰ, ਪੁਲਿਸ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਮੈਨੂੰ, ਮੇਰੇ ਬੱਚਿਆਂ ਨੂੰ ਬਾਹਰ ਕੱਢਿਆ, ਮੈਂ ਰੋਟੀਆਂ ਬਣਾਉਂਦੀ ਹਾਂ ਉੱਥੇ। ਸਾਰਾ ਸਮਾਨ ਬਾਹਰ ਛੱਡਿਆ? ਸਾਰਾ ਕੁਝ, ਹਾਂਜੀ ਸਾਰਾ ਕੁਝ ਸਾਡਾ ਬਾਹਰ ਕੱਢ ਦਿੱਤਾ ਵਾ, ਤੇ ਪੁਲਿਸ ਨੇ ਸਾਨੂੰ ਧੱਕੇ ਮਾਰੇ, ਮੇਰੇ ਬੱਚਿਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ। ਕੀ ਵਜ੍ਹਾ ਕੀ ਕੱਢਣ ਦੀ? ਵਜ੍ਹਾ ਉਹਨੇ ਵੀ ਅਸੀਂ ਕਬਜ਼ਾ ਕਰਨਾ ਉਹਨਾਂ ਨੇ ਕਿਹਾ, ਜੋ ਕਹਿੰਦੇ ਸਾਡਾ ਥਾਂ ਵਾ, ਥਾਂ ਸਾਡਾ, ਅਸੀਂ ਪੈਸੇ ਤਾਰੇ, 3-4 ਲੱਖ ਰੁਪਇਆ ਤਾਰਿਆ ਹੋਇਆ ਸੀ, ਇਹਨਾਂ ਨੇ ਸਾਨੂੰ ਬਾਹਰ ਕੱਢ ਦਿੱਤਾ, ਰਾਤ ਨਹੀਂ ਰਹੀ। ਸਾਰਾ ਸਮਾਨ ਟਰੱਕਰ ਸਾਰਾ ਬਗਲੀ ਪਿਆ, ਸਾਰਾ ਸਮਾਨ ਬਾਹਰ ਕੱਢ ਕੇ ਦਿੱਤਾ ਵਾ, ਗਲੀ ਵਿੱਚ ਰੱਖ ਦਿੱਤਾ ਸਾਡਾ ਸਮਾਨ। ਤੁਸੀਂ ਕੀ ਮੰਗ ਕਰਦੇ ਜੀ? ਹਾਂਜੀ, ਕੀ ਮੰਗ ਕਰਦੇ ਤੁਸੀਂ, ਕੀ ਮੰਗ ਕਰਦੇ ਜੇ? ਅਸੀਂ ਮੰਗ ਕਰਦੇ ਸਾਨੂੰ ਉਹ ਥਾਂ ਮਿਲਣਾ ਚਾਹੀਦਾ, ਸਾਨੂੰ ਕਬਜ਼ਾ ਸਾਨੂੰ ਮਿਲਣਾ ਚਾਹੀਦਾ ਉਹ ਥਾਂ 'ਤੇ, ਸਾਡਾ ਥਾਂ ਉਹ ਹੋਣਾ ਚਾਹੀਦਾ। ਦੋ ਗੱਡੀਆਂ ਆਈਆਂ ਅਤੇ ਉਹਨਾਂ ਨੇ ਸਾਨੂੰ ਧੱਕੇ ਮਾਰ ਮਾਰ ਕੇ ਬਾਹਰ ਕੱਢਿਆ, ਅਤੇ ਸਾਡੀ ਮਾਤਾ ਬਜ਼ੁਰਗ ਸੀ ਉਹਨੂੰ ਵੀ ਧੱਕੇ ਮਾਰੇ, ਅਤੇ ਅਸੀਂ ਫਿਰ ਮਾਤਾ ਨੂੰ ਫੜ ਲਿਆ, ਅਤੇ ਨਹੀਂ ਤਾਂ ਉਹਦੇ ਸੱਟ ਪੇਟ ਲੱਗ ਜਾਣੀ ਸੀ। ਅਤੇ ਫਿਰ ਬਾਅਦ ਵਿੱਚ ਅਸੀਂ ਸਾਰੇ ਫਿਰ ਸਾਨੂੰ ਬਾਹਰ ਕੱਢ ਕੇ, ਅਤੇ ਇੰਨੀ ਬੇਇੱਜ਼ਤੀ ਕੀਤੀ ਨਾ ਸਾਡੀ, ਅਤੇ ਸਰਪੰਚ ਉਸ ਟਾਈਮ 'ਤੇ ਸਾਡੀ ਨਾ ਕਿਸੇ ਸਰਪੰਚ ਨੇ ਅਤੇ ਕਿਸੇ ਨੇ ਸਾਡੀ ਹੈਲਪ ਨਹੀਂ ਕੀਤੀ, ਅਤੇ ਅਸੀਂ ਆਪਣਾ ਹੱਕ ਮੰਗਦੇ ਹਾਂ ਕਿ ਉਹ ਜਿਹੜਾ ਸਾਡਾ ਸਮਾਨ ਜਿੱਦਾਂ ਬਾਹਰ ਕੱਢਿਆ ਨਾ, ਉਹ ਸਾਡਾ ਅੰਦਰ ਹੋਣਾ ਚਾਹੀਦਾ ਵਾ। ਅਤੇ ਸਾਡੀ ਇੰਨੀ ਬੇਇੱਜ਼ਤੀ ਲਈ ਅਸੀਂ ਕਾਂਗਰਸ ਸਰਕਾਰ ਨੂੰ ਵਧਾਈ ਦਿੰਦੇ ਹਾਂ ਵੀ ਇੱਕ ਤਾਂ ਪ੍ਰੋਗਰਾਮ 'ਚ ਲਾਉਂਦੇ ਆ ਵੀ ਬੇਟੀ ਪੜ੍ਹਾਓ ਅਤੇ ਬੇਟੀ ਬਚਾਓ ਅਤੇ ਇਹਨਾਂ ਦੀ ਇੱਜ਼ਤ ਕਰੋ, ਅਤੇ ਇੱਕ ਜਿੰਨੀ ਸਾਡੀ ਬੇਇੱਜ਼ਤੀ ਹੋਈ ਆ ਇਹਨਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਵੀ ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਸਾਡਾ ਚਾਰਜ ਲੱਗਾ ਸੀ ਅਤੇ ਹੁਣ ਸਾਨੂੰ ਇੰਨਾ ਨਹੀਂ ਪਤਾ ਕਿ ਘਰ ਵਾਲਿਆਂ ਨੇ ਉਹਨੂੰ ਚਾਰਜ ਤੋਂ ਲਾਇਆ। ਉੱਥੇ ਹੀ ਦੂਜੀ ਧਿਰ ਦੇ ਕਰਤਾਰ ਸਿੰਘ ਨੇ ਦੱਸਿਆ ਕਿ ਇਸ ਘਰ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ, ਜਿਸ ਤੇ ਅਦਾਲਤ ਵੱਲੋਂ ਫੈਸਲਾ ਉਸਦੇ ਹੱਕ ਵਿੱਚ ਆਇਆ। ਇਸ ਤਰ੍ਹਾਂ ਕੀਤਾ ਵੀ ਰਾਤ ਆ ਗਈ, ਘਰੋਂ ਆਪਦੇ ਖੜ ਕੇ ਸਮਾਨ ਸਾਰਾ ਆਪਦੇ ਬੂਹੇ ਗਾੜੀ ਖਿਲਾਰਤਾ ਵਾ, ਅਤੇ ਹੁਣ ਉਹ ਸਾਡੇ 'ਤੇ ਇਲਜ਼ਾਮ ਲਾਉਣ ਡਏ ਆ। ਅਸੀਂ ਪੁਲਿਸ ਦਰਖਾਸਤ ਵੀ ਦਿੱਤੀ ਸੀ ਪਰ ਪੁਲਿਸ ਵੀ ਆਈ ਹੈਂਦੀ ਉਹ, ਪਰ ਫਿਰ ਵੀ ਨਹੀਂ ਮੰਨਣ ਡਏ, ਉਹ ਬੰਦੇ ਸਾਡੇ 'ਤੇ ਝੂਠੇ ਇਲਜ਼ਾਮ ਲਾਉਣ ਡਏ ਆ। ਜਿਹੜਾ ਕਬਜ਼ਾ ਤੁਹਾਡਾ ਘਰ ਦੇ ਉੱਪਰ ਅਦਾਲਤੀ ਆਦੇਸ਼ਾਂ 'ਤੇ ਹੋਇਆ? ਹਾਂਜੀ। ਪੁਲਿਸ ਅਧਿਕਾਰੀ ਨੇ ਆਪਣੇ 'ਤੇ ਲੱਗੇ ਆਰੋਪਾਂ ਨੂੰ ਬੇਬੁਨਿਆਦੀ ਅਤੇ ਝੂਠਾ ਦੱਸਦੇ ਹੋਏ ਕਿਹਾ ਕਿ
ਔਰ ਜੀ ਆ ਜੀ ਕਰਤਾਰ ਸਿੰਘ ਚੌਂਕੀਦਾਰ ਪਿੰਡ ਦਾ ਕਰਤਾਰ ਸਿੰਘ ਪੁੱਤਰ ਸੂਰਤਾ ਸਿੰਘ ਉਹਨੇ ਅੱਜ ਤੋਂ 10-15 ਦਿਨ ਪਹਿਲਾਂ ਉਹਦੇ ਕੋਲ ਪਿੰਡ 'ਚ ਕੋਈ ਜਗ੍ਹਾ ਸੀ 2 ਕਮਰਲੇ ਜਗ੍ਹਾ ਸੀ ਉਹ ਕਹਿੰਦਾ ਵੀ ਇਹ ਮੇਰੀ ਮਾਲਕੀ ਜਗ੍ਹਾ ਵਾ ਮੇਰੀ ਪਿੱਛੋਂ ਤੋਂ ਜਾਣੀ ਕਿ ਮੈਂ ਇੱਥੇ ਕਬਜ਼ੇ ਦਾ ਉਹ ਦੂਜੀ ਪਾਰਟੀ ਨੇ ਅਵਤਾਰ ਸਿੰਘ ਇਕਬਾਲ ਸਿੰਘ ਅਤੇ ਇੱਕ ਆਰਮੀ ਦਾ ਜਵਾਨ ਇੱਕ ਹੈਗਾ ਬਚਨ ਸਿੰਘ ਦਾ ਲੜਕਾ ਉਹਨਾਂ ਨੇ ਧੱਕੇ ਨਾਲ ਉਹਦਾ ਕਬਜ਼ਾ ਕਰ ਲਿਆ ਸੀ ਉਹਨੂੰ ਅਦਾਲਤ ਦਾ ਵਲਫ ਆਇਆ ਜੀ ਅਦਾਲਤ ਨੂੰ ਆਰਡਰ ਲੈ ਕੇ ਆਇਆ ਡਿਗਰੀ ਲੈ ਕੇ ਆਇਆ ਅਦਾਲਤ ਦੇ ਵਲਫ ਨੇ ਉਹਨਾਂ ਨੂੰ ਕਬਜ਼ਾ ਦਵਾ ਕੇ ਇਹਨਾਂ ਨੂੰ ਕਰਤਾਰ ਸਿੰਘ ਚੌਂਕੀਦਾਰ ਨੂੰ ਕਬਜ਼ਾ ਦਵਾ ਕੇ ਅਤੇ ਉਹਨਾਂ ਨੂੰ ਘਰ ਬਿਠਾ ਕੇ ਗਿਆ ਜੀ ਸਾਡੇ ਕੋਲ ਉਹਨਾਂ ਨੇ ਸਿਕਿਉਰਟੀ ਨਹੀਂ ਮੰਗੀ ਉਸ ਟਾਈਮ ਜਦੋਂ ਵਲਫ ਆਇਆ ਸੀ ਸਾਨੂੰ ਇੰਨਾ ਪਤਾ ਲੱਗਾ ਵੀ ਉਹ ਡਿਗਰੀ ਉਹਦੇ ਹੱਕ 'ਚ ਹੋਈ ਆ ਅਤੇ ਉਹਨੂੰ ਉਹ ਮਤਲਬ ਕਬਜ਼ਾ ਦਵਾ ਗਏ ਕੋਰਟ ਨੇ ਫਿਰ ਇਹ ਕਰਤਾਰ ਸਿੰਘ ਚੌਂਕੀਦਾਰ ਨੂੰ ਉਹ ਦੂਜੀ ਪਾਰਟੀ ਜਿਹੜੀ ਫੌਜੀ ਅਤੇ ਉਹਦੇ ਭਰਾ ਅਵਤਾਰ ਸਿੰਘ ਇਕਬਾਲ ਸਿੰਘ ਧੰਨਾ ਸਿੰਘ ਉਹ ਤੰਗ ਕਰਦੇ ਸੀ ਫਿਰ ਉਹ ਮਾਨਯੋਗ SSP ਸਾਹਿਬ ਦੇ ਪੇਸ਼ ਹੋਇਆ ਵਾ ਕਰਤਾਰ ਸਿੰਘ ਚੌਂਕੀਦਾਰ ਉੱਥੋਂ ਨੰਬਰੀ ਦਰਖਾਸਤ ਆਈ ਮੈਨੂੰ 90 PP 7120 ਦੀ ਦਰਖਾਸਤ ਫਿਰ ਉਹਨੇ ਮੈਨੂੰ ਕੱਲ੍ਹ ਫੋਨ ਕੀਤਾ ਵੀ ਫਿਰ ਸਾਡੇ ਕੋਲ ਵੀ ਆਏ ਵੀ ਸਾਨੂੰ ਬਹੁਤ ਤੰਗ ਕਰਦੇ ਦੂਜੀ ਪਾਰਟੀ ਸਾਨੂੰ ਰੋੜੇ ਰਾੜੇ ਮਾਰਦੇ ਫਿਰ ਅਸੀਂ ਸ਼ਾਮੀ ਗਏ ਉਹਨਾਂ ਦੇ ਘਰ 'ਚ ਅਤੇ ਅਸੀਂ ਜਾ ਕੇ ਉਹਨਾਂ ਨੂੰ ਪਿੱਛੇ ਦੱਸੋ ਕੀ ਗੱਲ ਹੈ ਤੁਹਾਡੇ ਕੋਲ ਕੀ ਰਿਕਾਰਡ ਹੈ ਦੋਵਾਂ ਪਾਰਟੀਆਂ ਨੂੰ ਰਿਕਾਰਡ ਮੰਗਿਆ ਅਤੇ ਕਰਤਾਰ ਸਿੰਘ ਚੌਂਕੀਦਾਰ ਨੇ ਸਾਨੂੰ ਡਿਗਰੀ ਅਤੇ ਅਦਾਲਤ ਦਾ ਹੁਕਮ ਅਤੇ ਸਾਰਾ ਜੋ ਵੀ ਕੋਰਟ ਦੇ ਫੈਸਲਾ ਸਾਰਾ ਸਾਨੂੰ ਦਿੱਤਾ ਅਤੇ ਦੂਜੀ ਪਾਰਟੀ ਜਿਹੜੀ ਅਵਤਾਰ ਸਿੰਘ ਜੀ ਉਹ ਧੱਕੇ ਨਾਲ ਉਹ 'ਤੇ ਕਬਜ਼ਾ ਕਰਨਾ ਚਾਹੁੰਦੇ ਪਰ ਉਹਨਾਂ ਦਾ ਹੱਕ ਨਹੀਂ ਬਣਦਾ ਅਤੇ ਅਸੀਂ ਦੋਨਾਂ ਤਿੰਨਾਂ ਪਾਰਟੀਆਂ ਨੂੰ ਕਿਹਾ ਵੀ ਤੁਸੀਂ ਸਵੇਰੇ ਆਪਣੇ ਕਾਗਜ਼ ਪੱਤਰ ਲੈ ਕੇ ਆਓ ਅਤੇ ਫਿਰ ਅਸੀਂ ਤੁਹਾਡੇ ਚੌਂਕੀ ਵੇਖ ਕੇ ਬਿਠਾ ਕੇ ਅਤੇ ਤੁਹਾਨੂੰ ਜੋ ਵੀ ਜਿਹਦਾ ਹੱਕ ਹੋ ਉਹਨੂੰ ਦੱਸ ਦੂੰ ਸਰ ਇੱਕ ਨਾ ਉਹ ਪਰਿਵਾਰ ਆਰੋਪ ਲਗਾ ਰਿਹਾ ਕਿ ਪੁਲਿਸ ਨੇ ਧੱਕੇਸ਼ਾਹੀ ਨਾਲ ਉਹਨਾਂ ਦਾ ਸਮਾਨ ਜਿਹੜਾ ਬਾਹਰ ਕੱਢ ਕੇ ਸੁੱਟਿਆ ਕੋਈ ਕੀ ਕਿੰਨੀ ਕੁ ਸੱਚਾਈ ਇਸ ਗੱਲ ਦੇ ਵਿੱਚ ਅਸੀਂ ਸਾਨੂੰ ਇਹੋ ਜਿਹਾ ਕੋਈ ਰਾਈਟ ਨਹੀਂ ਨਾ ਹੀ ਕੋਈ ਕੰਮ ਕਰ ਸਕਦੇ ਹਾਂ ਕਿਉਂਕਿ ਸਾਡਾ ਤਾਂ ਕੰਮ ਹੈ ਲਾਅ ਐਂਡ ਆਰਡਰ ਸਥਿਤੀ ਨੂੰ ਮੇਨਟੇਨ ਰੱਖਣਾ ਸਾਨੂੰ ਕੋਈ ਕੰਮ ਹੀ ਨਹੀਂ ਹੋ ਜਾਏ ਸਾਡਾ ਕੀ ਕੰਮ ਉਹਨਾਂ ਦਾ ਸਮਾਨ ਰੱਖਣਾ ਇਹਨਾਂ ਨੇ ਸਾਨੂੰ ਇੰਨਾ ਪਤਾ ਲੱਗਾ ਕਿ ਸਾਡੇ ਜਾਣ ਤੋਂ ਬਾਅਦ ਇਹਨੇ ਆਪਣੇ ਘਰੋਂ ਸਮਾਨ ਬਾਹਰ ਗਲੀ 'ਚ ਰੱਖ ਕੇ ਅਤੇ ਖਿਲਾਰਾ ਪਾਇਆ ਵੀ ਅਸੀਂ ਕਹਾਂਗੇ ਵੀ ਪੁਲਿਸ ਇਹ ਕੰਮ ਕਰ ਗਈ ਪਰ ਸਾਨੂੰ ਤਾਂ ਕੋਈ ਇਹੋ ਜਿਹਾ ਰਾਈਟ ਨਹੀਂ ਹੈਗਾ ਅਸੀਂ ਤਾਂ ਲਾਅ ਐਂਡ ਆਰਡਰ ਜਿਹੜਾ ਲਾਅ ਐਂਡ ਆਰਡਰ ਸਥਿਤੀ ਨੂੰ ਜਿਹੜਾ ਕਾਬੂ 'ਚ ਰੱਖਣਾ ਜੀ ਅਸੀਂ ਤਾਂ ਗਏ ਉਹਨਾਂ ਨੂੰ ਦੋਵਾਂ ਧਿਰਾਂ ਨੂੰ ਸਮਝਾ ਕੇ ਵਾਪਸ ਆ ਗਏ ਵੀ ਤੁਸੀਂ ਦੋਵੇਂ ਧਿਰ ਆਪਣੇ ਘਰ ਸ਼ਾਂਤ ਦੋਨੋਂ ਧਿਰ ਆਪਾਂ ਆਪਣੇ ਘਰੇ ਚਲੇ ਗਏ ਸੀ ਬਾਅਦ ਵਿੱਚ ਪਤਾ ਨਹੀਂ ਕੀ ਹੋਇਆ ਕੋਈ ਇਹੋ ਜਿਹੀ ਗੱਲ ਨਹੀਂ ਮੁੱਕ ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫੀ ਰਿਲੀਫ ਹਮੇਸ਼ਾ ਯਾਦ ਰੱਖੋ ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੇ ਸੁਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ